ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਪਹੁੰਚੇ ਹਾਂ ਪਿੰਡ ਘੁੰਨਸ ਦੇ ਵਿੱਚ। ਇੱਥੇ ਤੁਹਾਨੂੰ ਅੱਜ ਮਿਲਾਵਾਂਗੇ ਸਰਦਾਰ ਬੰਤ ਸਿੰਘ ਜੀ ਦੇ ਨਾਲ, ਅਤੇ ਆਪਦੀ ਹੱਡ ਬੀਤੀ ਤੁਹਾਨੂੰ ਦੱਸਣਗੇ ਵੀ ਕਿਵੇਂ ਅੱਜ ਤੋਂ 30-31 ਵਰੇ ਪਹਿਲਾਂ ਇਹਨਾਂ ਦੀ ਇੱਕ ਜਿਹੜੀ ਪੁਰਾਣੀ ਮਤਲਬ ਪਛਤੈਨੀ ਰਫਲ ਸੀਗੀ ਉਹ ਕਿਵੇਂ ਚੋਰੀ ਹੋਈ ਅਤੇ ਕੀ ਸਾਰੀ ਗੱਲਬਾਤ ਸੀਗੀ, ਆਜੋ ਜਾਣਦੇ ਹਾਂ ਬਾਪੂ ਜੀ ਤੋਂ। ਸੁਣਾਓ ਬਾਪੂ। ਹਾਂਜੀ, ਅਸੀਂ ਪਿੰਦੇ ਸੀ ਦਾਰੂ ਖੁਸ਼ੀ ਨਾਲ ਉਹਦੀ ਨਾਲ, ਸਾਡੇ ਫੌਜੀ ਆਏ ਸੀ ਛੁੱਟੀ ਘਰੇ ਬੈਠ ਕੇ ਇੱਕ ਤਾਂ ਚਾਚੇ ਦਾ ਪੁੱਤ ਸੀਗਾ, ਇੱਕ ਸਾਡਾ ਮੁੰਡਾ ਸੀਗਾ। ਅੱਛਾ। ਦਾਰੂ ਪੀਂਦੇ ਸੀਗੇ, ਦਾਰੂ ਪੀਂਦੇ ਪੀਂਦੇ ਆਥਣ ਹੋ ਗਿਆ। ਸਾਡੇ ਬੰਦੇ ਕੰਮ ਵਾਲੇ ਆਏ ਨਹੀਂ ਸੀ ਬਾਹਰੋਂ, ਮੁੰਡੇ। ਅੱਛਾ। ਅਤੇ ਬੁੜੀਆਂ ਨੇ ਰੌਲਾ ਪਾਇਆ, ਤੁਸੀਂ ਇੱਥੇ ਬੈਠੋ, ਜਵਾਕ ਆਏ ਨਹੀਂ ਖੇਤੋਂ। ਅਸੀਂ ਉਹਨਾਂ ਨੂੰ ਉੱਠ ਕੇ ਵੇਖਣ ਵਗ ਗਏ, ਫੌਜੀ ਦੋਨੇ ਨਾਲ ਮੈਂ ਵਗ ਗਿਆ, ਤਿੰਨੇ ਵਗ ਗਏ। ਜਿਹੜਾ ਸਾਡਾ ਭਾਈ ਸੀਗਾ ਰਫਲ ਵਾਲਾ ਉਹ ਦੇਖ ਲਾ ਪਿਆ ਸੀਗਾ, ਸੰਤ ਸਿੰਘ ਉਹ ਬਈ ਆ ਕੇ ਸਾਡੇ ਲਵੇ ਸਕੂਲ ਸੀਗਾ, ਉੱਥੇ ਸੀਗੇ ਬੰਦੇ ਉਹ ਬਾਹਰ 'ਚ। ਉਹ ਜਦੋਂ ਅਸੀਂ ਬਾਹਰੋਂ ਨਿਕਲ ਗਏ ਉਹਨਾਂ ਨੇ ਉਹ ਆ ਕੇ ਦੱਬ ਲਿਆ। ਅੱਛਾ। ਸਕੂਲ 'ਚ ਲੁਕੇ ਹੋਏ ਸੀ? ਹਾਂ। ਅੱਛਾ। ਅਤੇ ਉਹਨਾਂ ਨੇ ਬਈ ਆ ਕੇ ਜਦੋਂ ਦੱਬਿਆ ਉਹ ਆਹਦੇ ਵੀ ਰਫਲ ਦੇ ਦੇ, ਉਹਦਾ ਵੀ ਰਫਲ ਸਾਡੀ ਜਮ੍ਹਾਂ ਕਰੀ ਵੀ ਹੈ, ਉਹਦੇ ਜਮ੍ਹਾਂ ਨਹੀਂ ਕਰੀ ਵੀ ਘਰੇ ਆ ਰਫਲ ਆ। ਬਾਬਾ ਜੀ ਦੇ ਜਿੱਦਾਂ ਜੇ ਹੋਈ ਗਈ ਫਿਰ ਇਹਦੇ ਸੰਦੂਕਾਂ ਦੇ ਫਲਾਣੇ ਥਾਂ ਸਾਂਝ 'ਚ ਪਈ ਹੈ। ਅੱਛਾ। ਪੱਕੀ ਸੀ ਆਈਡੀ ਦੀ ਉਹਨੇ ਸਿੱਧਾ ਥਾਂ ਦਾ ਜਗ੍ਹਾ ਦੱਸਤੀ ਪਈ ਹੈ। ਫਿਰ ਸਾਡੀ ਕੁੜੀ ਭੈਣ ਨੂੰ ਆਏ ਸੀ ਬਈ ਉਹਨੇ ਚੱਕ ਕੇ ਰਫਲ ਫੜਾਤੀ। ਅੱਛਾ। ਚੱਲ ਸੀ ਉਦੋਂ ਨੂੰ ਅਸੀਂ ਖੇਤੋਂ ਮੁੜੇ, ਉਦੋਂ ਨੂੰ ਦੇਖ ਲਿਆ ਉਹ ਉਹਨੇ ਤਾਂ ਜਾਣਾ ਸੀਗਾ, ਲੈ ਕੇ ਭੱਜ ਗਏ ਅਤੇ ਸਾਡੀਆਂ ਬੁੜੀਆਂ ਆਦੀਆਂ ਵੀ ਘਰੇ ਨਾ ਆਏ, ਗੱਲ ਤਾਂ ਹੋ ਗਈ। ਅੱਛਾ। ਫਿਰ ਅਸੀਂ ਘਰੇ ਆ ਕੇ ਭਾਈ ਬਹਿ ਕੇ ਰਾਤ ਕੱਟੀ, ਤੜਕੇ ਜਦੋਂ ਥਾਣੇ ਗਏ ਥਾਣੇਦਾਰ ਪੈ ਗਿਆ ਸਾਡੇ ਮਗਰ ਵੀ ਤੁਹਾਨੂੰ ਰੋਜ਼ ਕਹਿੰਦਾ ਸੀ ਭਾਈ ਜਮ੍ਹਾਂ ਕਰਾ ਦਿਓ, ਅਸੀਂ ਕਰਾਈ ਨਹੀਂ ਵੀ ਸਾਡਾ ਕਿਸੇ ਨਾਲ ਰੌਲਾ ਹੀ ਨਹੀਂ ਸੀ, ਅਸੀਂ ਆਪਦੀ ਆਕੜ ਸੀ ਵੀ ਸਾਡਾ ਰੌਲਾ ਕਿਸੇ ਬੰਦੇ ਨਾਲ ਨਹੀਂ ਹੈ। ਅਸੀਂ ਆ ਜਾਓ ਫਿਰ ਭਾਈ, ਅਸੀਂ ਰਾਫਟ ਲਿਖੀ ਸੰਦਾਨ ਨੇ ਜਿਹੋ ਜਿਹੇ ਕਰਦੇ ਹੁੰਦੇ 10 ਰੁਪਏ ਵੀ ਜਿਹੋ ਜਿਹੇ ਸੀ 2 ਕਰੋੜ ਰੁਪਏ ਦੇ ਕੇ, ਉਹਨਾਂ ਨੇ ਰਾਫਟ ਪੂਰੀ ਵਧੀਆ ਲਿਖਤੀ। ਥੋੜ੍ਹੇ ਜਿਹੇ ਦਿਨਾਂ ਮਗਰੋਂ ਸਾਨੂੰ ਸੁਨੇਹਾ ਦਿੱਤਾ ਕਿ ਵੀ ਸਨਾ ਮਾਨਸਾ ਰਫਲ ਫੜੀ ਗਈ, ਅਸੀਂ ਉੱਥੇ ਗਏ ਤਾਂ ਫੋ ਨਾ ਪਿਆ। ਫਿਰ ਦੂਜੇ ਦਿਨ ਸਾਡੇ ਥਾਣੇਦਾਰ ਵੱਗ ਗਿਆ, ਉਹ ਆਹਦਾ ਵੀ ਨਹੀਂ ਹੈ, ਹੋਰ ਹੈ, ਨੰਬਰ ਦਾ ਫਰਕ ਆ, ਰਫਲ ਹੋਈ ਜੀ। ਅੱਛਾ ਜੀ। ਉੱਥੋਂ ਅਸੀਂ ਮੁੜੇ ਥੋੜ੍ਹੇ ਜਿਹੇ ਦਿਨਾਂ ਮਗਰੋਂ ਦਰਾਜ ਦੇ ਮਜ਼ਬੀ ਮਾਰੇ ਸੀ ਦੋ। ਅੱਛਾ ਜੀ। ਸਨਾਮ ਉਹ ਥਾਣੇਦਾਰ ਨੇ ਸਾਨੂੰ ਫਿਰ ਦੱਸਿਆ ਵੀ ਤੁਸੀਂ ਉੱਥੇ ਜਾਓ। ਅੱਛਾ। ਉੱਥੇ ਗਏ ਥਾਣੇਦਾਰ ਸੀ, ਆਪਣਾ ਵੱਡਾ ਕੀ ਆ ਉਹਦੇ ਨਾਲ ਡਿਊਟੀ। ਅੱਛਾ ਜੀ। ਉੱਥੇ ਇਕੱਠ ਦੀ ਸਾਰਾ ਮੇਰੇ ਮਗਰ ਪੈ ਗਏ ਭਾਈ, ਉਹ ਆਹਦੇ ਰਫਲ ਫੜਾ ਕੇ ਤੂੰ ਇੱਥੇ ਆ ਗਿਆ। ਚੱਲ ਮੈਂ ਮੁੜਿਆ ਮੁਨਸ਼ੀ ਕੋਲ ਆ ਗਿਆ, ਮੁਨਸ਼ੀ ਤਾਂ ਆਪਣਾ ਸਾਡੇ ਰਹਿ ਕੇ ਗਿਆ ਸੀ। ਅੱਛਾ। ਉਹਨੇ ਪੁੱਛਿਆ ਵੀ ਕਿਹਨਾਂ ਦਾ ਮੁੰਡਾ? ਫਲਾਣੇ ਦਾ ਬਾਬਾ, ਫਲਾਣੇ ਬਾਬਾ ਸਾਡਾ। ਅੱਛਾ। ਮੈਂ ਜਾ ਉਹਨੇ ਚਾਹ ਪਾਣੀ ਪਿਆ ਪੂਰਾ ਐਵੇਂ ਕਹੀਏ, ਅਤੇ ਫਿਰ ਬੰਦੇ ਵੀ ਸੀਗੇ ਕੋਈ ਪਾਰਟੀ ਵਾਲੇ ਹੋਣਗੇ, ਉਹ ਗਏ ਉਹ ਕੱਢਤੇ ਉਹਨੇ ਥਾਣੇਦਾਰ ਨੇ ਡਿਊਟੀ ਨੇ। ਫਿਰ ਉਹ ਘੰਟੇ ਮੈਂ ਉਹਨੂੰ ਸੱਦ ਕੇ ਜਾਣ, ਉਹਨਾਂ ਨਾਲ ਕੋਈ ਗੱਲਬਾਤ ਕਰੀ, ਅਤੇ ਫਿਰ ਭਾਈ ਉਹ ਦੇਖ ਲਾ ਕੱਢਤੇ। ਅੱਛਾ। ਫਿਰ ਮੈਨੂੰ ਮੁਨਸ਼ੀ ਨੇ ਉਦੋਂ ਬਾਅਦ ਭੇਜਿਆ, ਹਾਂ ਵੀ ਫੜਾ ਕੇ ਰਫਲ ਤੂੰ ਸਾਡੇ ਕੋਲ ਐਡੀ ਦੂਰ ਆ ਗਿਆ। ਮੈਂ ਕਿਹਾ ਜੀ ਫਲਾਣੇ ਬੰਦੇ ਮਾਰੇ ਸੀ ਮੈਨੂੰ ਥਾਣੇ 'ਚੋਂ ਦੱਸਿਆ, ਮੈਂ ਥਾਣੇ ਰੋਜ਼ ਜਾਂਦਾ। ਅੱਛਾ। ਦਰਾਜ ਦੇ ਮਜ਼ਬੀਆਂ ਤੋਂ ਫੜੀ ਆ ਰਫਲ, ਬਾਹਰ ਲਿਆ ਮੈਨੂੰ ਵਿਚਾਲੇ ਕੁਰਸੀਆਂ ਦੇ ਕੇ, ਕੁਰਸੀ ਵੀ ਠੀਕ ਹੈ, ਐਂ ਹੋਇਆ ਐਂ ਐਂ ਕਰੀ ਗਏ। ਮੈਂ ਕੱਢ ਕੇ ਜਦੋਂ ਕਾਪੀ ਫੜਾਤੀ, ਉਸ ਕਾਪੀ ਮੇਰੇ ਕੋਲ ਸੀ। ਅੱਛਾ। ਉਹਨਾਂ ਨੇ ਭਾਈ ਅਜੇ ਇਹ ਰਫਲ ਦਾ ਤੈਨੂੰ ਉੱਥੇ ਆਉਂਦੀ ਨਹੀਂ ਹੈ। ਅੱਛਾ। ਜੇ ਸਾਡੇ ਸਰਕਾਰ 'ਚ ਆ ਗਈ ਤਾਂ ਵੀ ਨਹੀਂ ਸੀ ਆਉਣੀ, ਜੇ ਕਿਸੇ ਕੋਲ ਹੋ ਤਾਂ ਵੀ ਨਹੀਂ ਸੀ ਆਉਂਦੀ, ਅਤੇ ਰਫਲ ਤੁਹਾਡੀ ਹਰੇ ਕਿਤੇ ਨਹੀਂ ਗਈ, ਜਾਂ ਢਿੱਲਵੀਆਂ ਜਾਂ ਕੁਨ ਸੀ ਹੈ, ਕਿਤੇ ਜਮ੍ਹਾਂ ਨਹੀਂ ਹੋਈ ਵੀ ਇਹ ਖੁਸ਼ੀ ਚਾਹ ਕਰੋ। ਉਦੋਂ ਬਾਅਦ ਭਾਈ ਦੇਖ ਲਾ ਮੁੜੇ ਪਿੰਡ ਆ ਗਏ, ਪਿੰਡ ਆ ਕੇ ਥਾਣੇਦਾਰ ਨਾਲ ਕਰੀ ਗੱਲ, ਉਹ ਕਹਿੰਦਾ ਵੀ ਤੁਸੀਂ ਰਫਲ ਲੈ ਲਓਗੇ ਉਹਦੇ ਲਾਇਸੈਂਸ 'ਤੇ, ਲਾਇਸੈਂਸ ਸਾਡੇ ਕੋਲ ਸੀਗੀ ਕਾਪੀ, ਉਹ ਅਸੀਂ ਕਹਿੰਦੇ ਲੈ ਲਾਂਗੇ। ਅਸੀਂ 10-12 ਦਿਨਾਂ ਮਗਰੋਂ ਭਾਈ ਸੰਗਰੂਰ ਜਾਵੜੇ DC ਦੇ ਪੇਸ਼ ਕਰਤੇ ਥਾਣੇਦਾਰ ਨੇ, ਉਹਨੇ ਫਿਰ ਇੱਥੋਂ ਥਾਣੇ 'ਚੋਂ ਦੇਖ ਲਾ ਰਿਕਾਰਡ ਪੁੱਛਿਆ ਵੀ ਕਿਵੇਂ ਆ ਬੰਦੇ, ਉਹ ਥਾਣੇ ਵਾਲਿਆਂ ਨੇ ਦੇਖ ਲਾ ਚਿੱਠੀ ਲਿਖਤੀ ਵੀ ਠੀਕ ਹੈ,
ਦਸਾਂ ਦਿਨਾਂ 'ਚ ਕੱਲ੍ਹ ਮੈਂ ਕਿਹਾ ਸੀ ਫਿਰ ਉੱਥੋਂ ਸੰਗਰੂਰ ਆਉਂਦੀ ਰਫਲ ਲੈ ਕੇ ਇੱਥੋਂ ਹਾਂ ਹੋਰ ਠੀਕ ਹੈ ਜੀ ਬਨਾਲੇ ਵੱਲ ਲਈਏ ਪਹਿਲਾਂ ਦੱਸਣ ਨੂੰ ਡਿਪਟੀ ਉਹਨੇ ਡੀ ਸੀ ਨੇ ਕਹਿਤਾ ਸੀ ਵੀ ਭਾਈ ਭਾਵਾਂ ਇੱਥੇ ਲੈ ਲਓ ਫਿਰ ਅਸੀਂ ਬਨਾਲੇ ਲਈ ਜਦੋਂ ਦਸਵੇਂ ਗਿਆਰਵੇਂ ਦਿਨ ਅਸੀਂ ਰਫਲ ਲੈ ਆਏ ਸੀਗੇ ਨਵੀਂ ਹੋਰ ਲੈ ਆਏ ਹਾਂ ਉਹਦੇ ਦਸਾਂ ਸੱਚੋਂ ਚੜ ਗਈ ਦਾਦੇ ਦੀ ਕੀ ਨਾਂ ਸੀ ਦਾਦੇ ਦਾ 1200 ਪਿਓ ਦਾ ਨਾਮ ਜਰਨੈਲ ਸੀ ਠੀਕ ਹੈ ਜੀ ਉਹਦੇ ਦਾਦੇ ਦੀ ਖਰੀਦੀ ਸੀ ਜਰਨੈਲ ਦੇ ਨਾਂ ਸੀਗੀ ਫਿਰ ਠੀਕ ਹੈ ਜੀ ਫਿਰ ਸੰਤ ਦੇ ਨਾਂ ਕਰਾਤੀ ਸੀ ਉਹਨੇ ਅੱਛਾ ਐਂ ਸੀ ਜਿਵੇਂ ਕਿ ਬਾਈ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਅੱਜ ਆਪਾਂ ਪਿੰਡ ਘੋਣਸਾਨ ਵਿੱਚ ਬਾਪੂ ਜੀ ਬੰਤ ਸਿੰਘ ਜੀ ਕੋਲੇ ਪਹੁੰਚੇ ਸੀ ਇਹਨਾਂ ਨੇ ਦੱਸਿਆ ਵੀ ਕਿਵੇਂ ਕਿਵੇਂ ਕੀ ਕੀ ਗੱਲਬਾਤ ਹੋ ਗਈ ਕਿਵੇਂ ਉਹ ਰਫਲ ਖੋਹੀ ਗਈ ਮੇਨ ਕਾਰਨ ਬੇਸਿਕਲੀ ਇਹ ਸੀਗਾ ਜਿਹੜੀ ਉਹ ਰਫਲ ਸੀ ਨਾ ਉਹ ਬਲੈਤੀ ਰਫਲ ਸੀਗੀ ਉਸ ਟਾਈਮ ਜਮ੍ਹਾਂ ਚੋਟੀ ਦੀ ਰਫਲ ਜਿਹਨੂੰ ਆਪਾਂ ਕਹਿ ਸਕਦੇ ਹਾਂ ਅਤੇ ਬਹੁਤ ਮਨ ਚਲੋ ਅਨਸਰਾਂ ਦੀ ਉਹਦੇ ਉੱਤੇ ਅੱਖ ਸੀਗੀ ਇਸ ਕਰਕੇ ਉਹ ਰਫਲ ਖੋਹੀ ਗਈ ਉਹ ਰਫਲ ਖੋਣ ਦਾ ਮਤਲਬ ਪ੍ਰੋਸੈਸ ਐਂ ਹੋਇਆ ਵੀ ਬੰਦਾ ਘਰ ਇਕੱਲਾ ਰਹਿ ਗਿਆ ਸੀਗਾ ਅਤੇ ਬੁੜੀਆਂ ਸੀਗੀਆਂ ਅਤੇ ਜਦੋਂ ਉਹਨਾਂ ਨੇ ਆ ਕੇ ਉਸ ਬੰਦੇ ਨੂੰ ਦੱਬ ਲਿਆ ਮਨ ਕੇ ਚਲੋ ਮੇਰੇ ਦਾਦਾ ਜੀ ਸੀਗੇ ਦੱਬ ਲਿਆ ਦਿਨ ਖੜਾ ਹੀ ਸੀ ਦਿਨ ਖੜਾ ਹੀ ਸੀ ਦਿਨ ਖੜਾ ਸੀਗਾ ਬਿਲਕੁਲ ਅਤੇ ਮਾੜਾ ਮੋਟਾ ਚਲੋ ਇਹਨਾਂ ਦਾ ਜਿਵੇਂ ਸ਼ੁਗਲ ਮੇਲਾ ਚੱਲ ਰਿਹਾ ਸੀਗਾ ਅਤੇ ਬੁੜੀਆਂ ਡਰ ਗਈਆਂ ਬੁੜੀਆਂ ਡਰਦੇ ਮਾਰਿਆਂ ਨੇ ਉਹ ਰਫਲ ਫੜਾਤੀ ਉਹਨਾਂ ਕੋਲ ਪੱਕੀ CID ਸੀਗੀ ਵੀ ਫਲਾਣੇ ਥਾਂ 'ਤੇ ਰਫਲ ਪਈ ਹੈ ਉਹ ਇਸ ਕਰਕੇ ਫਿਰ ਬੁੜੀਆਂ ਥੋੜ੍ਹਾ ਜਿਹਾ ਜਿਵੇਂ ਤੁਹਾਨੂੰ ਪਤਾ ਹੀ ਹੈ ਵੱਧ ਡਰ ਜਾਂਦੀਆਂ ਨੇ ਇਹ ਸਭ ਕੁਛ ਸੀਗਾ ਤੁਹਾਨੂੰ ਜਿਵੇਂ ਬਾਪੂ ਜੀ ਨੇ ਸਾਰਾ ਕੁਝ ਪਹਿਲਾਂ ਡਿਟੇਲ 'ਚ ਦੱਸ ਹੀ ਦਿੱਤਾ ਠੀਕ ਹੈ ਬਾਈ ਜੀ ਧੰਨਵਾਦ ਅੱਜ ਦੀ ਵੀਡੀਓ 'ਚ ਇੱਥੇ ਸਮਾਪਤ ਕਰਦੇ ਹਾਂ ਆਪਾਂ